ਜਿਨਨੇ ਬੁਲਾ ਰਹੇ ਨੇ ਵੀ ਦਿਲਜਾਨ ਦੇ ਬਾਰੇ ਬੋਲਿਆ ਉਹਦੀ ਜ਼ਿੰਦਗੀ ਦੀ ਇੱਕ ਇੱਕ ਕਹਾਣੀ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੀ ਦੱਸੀ ਹੈ ਜਿਨਾਂ ਨੇ ਦਿਲਜਾਨ ਨੂੰ ਬਚਪਨ ਤੋਂ ਦੇਖਿਆ ਆਪਣੀ ਗੋਦੀ 'ਚ ਖੜਾਇਆ ਉਂਗਲ ਫੜ ਕੇ ਚੱਲਣਾ ਸਿਖਾਇਆ ਉਹਨਾਂ ਦੀ ਮੁਹੱਬਤ ਉਹਨਾਂ ਦੇ ਪਿਆਰ ਨੂੰ ਮੈਂ ਇਸ ਕਰਕੇ ਸਮਝ ਸਕਦਾ ਕਿ ਦਿਲਜਾਨ ਦੇ ਨਾਲ ਮੇਰਾ ਜਿਹੜਾ ਮੇਲਜੋਲ ਸੀ ਸਿਰਫ 2 ਸਾਲਾਂ ਦਾ ਸੀ ਤੇ 2 ਸਾਲਾਂ ਦੀ ਇਸ ਮੁਲਾਕਾਤ ਨੇ ਇਸ ਕਦਰ ਗਹਿਰੀ ਛਾਪ ਮੇਰੇ ਦਿਲ ਤੇ ਛੱਡੀ ਸੀ ਕਿ ਅਸੀਂ ਕਦੇ ਵੀ ਇੱਕ ਦੂਸਰੇ ਤੋਂ ਬਿਨਾਂ ਫੋਨ ਤੇ ਗੱਲ ਕੀਤੀ ਨਹੀਂ ਰਹਿੰਦੇ ਸੀ। ਸੰਤ ਗੁਰਮੁਖਦਾਸ ਜੀ ਮਹਾਰਾਜ ਦਾ ਡੇਰਾ ਕਰਤਾਰਪੁਰ ਤੇ ਪਿੰਡ ਚੋਮੋ ਇਹ ਜ਼ਰੀਆ ਬਣਿਆ ਸਾਨੂੰ ਦੋਨਾਂ ਨੂੰ ਮਿਲਾਉਣ ਦਾ ਦਿਲਜਾਨ ਬਹੁਤ ਵੱਡਾ ਗਵਈਆ ਸੀ ਔਰ ਬਹੁਤ ਵੱਡਾ ਦਰਦ ਨਾਲ ਗਾਉਣ ਵਾਲਾ ਗਵਈਆ ਸੀ ਆਵਾਜ਼ ਦੇ ਵਿੱਚ ਇੱਕ ਸੋਜ ਸੀ ਉਹ ਵਨ ਐਂਡ ਓਨਲੀ ਐਸੀ ਆਵਾਜ਼ ਸੀ ਜਿਹੜੀ ਆਸ਼ਾ ਹੌਸਲੇ ਨੂੰ ਰਵਾ ਸਕਦੀ ਸੀ ਬੜਾ ਨਿੱਕੇ ਸਵਾ ਦਾ ਹਸਮੁਖ ਔਰ ਹਰ ਇੱਕ ਬੰਦੇ ਨੂੰ ਉਹਦਾ ਬਣਦਾ ਕ੍ਰੈਡਿਟ ਦੇਣ ਵਾਲਾ ਦੋਜੀ ਦਾ ਹੱਕ ਬਣਦਾ ਸੀ ਉਹ ਹਮੇਸ਼ਾ ਦਿੰਦਾ ਸੀ ਆਪਣੇ ਕੋਲ ਨਹੀਂ ਸੀ ਰੱਖਦਾ ਪਹਿਲੀ ਮੁਲਾਕਾਤ ਸੰਤ ਗੁਰਮੁਖਦਾਸ ਜੀ ਦੇ ਡੇਰੇ 'ਚ ਹੋਈ ਮੇਰੀ ਹਾਜ਼ਰੀ ਲੱਗੀ ਉੱਥੇ ਇੱਕ ਮੈਂ ਗਾਣਾ ਗੁੰਗਣਾਇਆ ਰੱਬ ਨੂੰ ਮਿਲਾਉਣ ਵਾਲਿਆ ਤੇ ਉਹ ਦਿਲਜਾਨ ਨੂੰ ਬਹੁਤ ਜ਼ਿਆਦਾ ਪਸੰਦ ਆਇਆ ਸੀ ਗਾਣਾ ਪਰ ਮੜਾਹਰ ਸਾਹਿਬ ਉੱਥੇ ਮੌਜੂਦ ਸੀ ਸਟੇਜ ਦੇ ਉੱਪਰ ਤੇ ਮੈਂ ਉਸ ਸਟੇਜ ਦੇ ਉੱਪਰ ਵਾਅਦਾ ਕੀਤਾ ਸੀ ਕਿ ਇਹ ਗਾਣਾ ਮੈਂ ਔਰ ਦਿਲਜਾਨ ਬਹੁਤ ਜਲਦ ਰਿਕਾਰਡ ਕਰਕੇ ਤੁਹਾਡੀ ਖੇਦਮਤ ਦੇ ਵਿੱਚ ਹਾਜ਼ਰ ਕਰਾਂਗੇ ਸਮਾਂ ਥੋੜਾ ਲੱਗਿਆ ਪਰ ਅਸੀਂ ਉਹ ਵਾਅਦਾ ਨਿਭਾਇਆ ਅਸੀਂ ਉਸ ਗਾਣੇ ਨੂੰ ਰਿਕਾਰਡ ਕੀਤਾ ਸ਼ਿਮਲੇ ਦੇ ਵਿੱਚ ਸ਼ੂਟ ਕੀਤਾ ਤੇ ਉਸ ਤੋਂ ਬਾਅਦ ਤੁਹਾਡੀ ਹਾਜ਼ਰੀ ਦੇ ਵਿੱਚ ਕਚਹਿਰੀ ਦੇ ਵਿੱਚ ਉਸ ਗਾਣੇ ਨੂੰ ਲਿਆਂਦਾ ਫਿਰ ਉਹ ਹਰ ਖੁਸ਼ੀ ਮੇਰੇ ਨਾਲ ਸਾਂਝੀ ਕਰਨ ਲੱਗਿਆ ਸੀ ਜਦੋਂ ਉਹਦੀ ਨੰਨੀ ਬੇਟੀ ਦਾ ਫਰਸਟ ਬਰਥਡੇ ਅਸੀਂ ਜਲੰਧਰ ਸੈਲੀਬ੍ਰੇਟ ਕੀਤਾ ਉਹ ਚਪਨੂ ਸਾਹਿਬ ਵੀ ਮੌਜੂਦ ਸੀਗੇ ਮੜਾਹਰ ਸਾਹਿਬ ਕੈਲੀ ਸੀਗਾ ਗੁਰਲੇਜ਼ ਹੋਣੀ ਸੀਗੇ ਉਸ ਫੰਕਸ਼ਨ ਦੇ ਵਿੱਚ ਸੁਦੇਸ਼ ਭੈਣ ਜੀ ਸੀਗੇ ਯਾਨੀ ਕਿ ਉਹ ਛੋਟੀ ਤੋਂ ਛੋਟੀ ਖੁਸ਼ੀ ਵੀ ਸ਼ੇਅਰ ਕਰਦਾ ਸੀ ਕਦੇ ਨਿਰਾਸ਼ ਵੀ ਹੋ ਜਾਂਦਾ ਸੀ ਲਾਈਫ ਤੋਂ ਕਿਉਂਕਿ ਅੱਜ ਕੱਲ ਗਾਇਕੀ ਥੋੜੀ ਅਜੀਬੋ-ਗਰੀਬ ਵੀ ਹੋ ਗਈ ਆ ਚੈਨਲਾਈਜ਼ ਹੋ ਗਈ ਆ ਜ਼ਿਆਦਾ ਕਮਰਸ਼ਲ ਹੋ ਗਈ ਆ ਜ਼ਿਆਦਾ ਗਾਇਕੀ ਤੋਂ ਕਦੇ-ਕਦੇ ਨਿਰਾਸ਼ ਵੀ ਹੋ ਜਾਂਦਾ ਸੀ ਤੇ ਮੈਂ ਉਹਨੂੰ ਹਮੇਸ਼ਾ ਪੁਸ਼ ਅਪ ਕਰਦਾ ਸੀ ਕਿ ਤੇਰਾ ਗਾਣਾ ਜਿਹੜਾ ਦਿਲਜਾਨ ਜਿਹੜਾ ਤੇਰਾ ਗਾਣਾ ਤੇਰੀ ਜਿਹੜੀ ਆਵਾਜ਼ ਹੈ ਉਹ ਬਿਲਕੁਲ ਵੱਖਰੀ ਆਵਾਜ਼ ਹੈ ਤੇ ਤੂੰ ਜਦ ਵੀ ਵਰਲਡ ਫੇਮਸ ਹੋਏਗਾ ਤੇ ਆਪਣੀ ਹੀ ਆਪਣੀ ਪਹਿਚਾਨ ਦੇ ਨਾਲ ਹੋਏਗਾ ਕਿਸੇ ਦੀ ਕਾਪੀ ਕਰਕੇ ਨਹੀਂ ਹੋਏਗਾ ਸੋ ਬਹੁਤ ਹੀ ਨਿੱਗੇ ਸੁਭਾ ਦਾ ਸੀ ਉਸ ਤੋਂ ਬਾਅਦ ਲਾਸਟ ਜਿਹੜੀ ਇੱਕ ਯਾਦਾਂ ਮੇਰੀਆਂ ਉਹਦੇ ਨਾਲ ਜੁੜਗੀਆਂ ਜਿਹੜੀਆਂ ਮੈਂ ਕਦੇ ਨਹੀਂ ਭੁੱਲ ਸਕਦਾ ਚੋਮੋਪਿੰਡ ਦੀ ਉਹ ਮਹਿਫਿਲ ਸੰਤਾਂ ਦੇ ਤੇ ਮੈਂ ਜਦੋਂ ਵੀ YouTube ਤੇ ਦੇਖਦਾ ਮੇਰਾ ਮਨ ਭਰ ਆਉਂਦਾ ਕਿ YouTube ਚੈਨਲ ਵਾਲੇ ਲਿਖਦੇ ਆ ਦਿਲਜਾਨ ਅਤੇ ਸਰਦਾਰ ਅਲੀ ਦੀ ਆਖਰੀ ਜੁਗਲਵੰਦੀ ਆਖਰੀ ਮੇਲਾ ਆਖਰੀ ਮਹਿਫਿਲ ਉਹ ਮੇਰੇ ਨਾਲ ਜੁੜ ਗਿਆ ਉਹ ਮੇਲਾ 16 ਤਰੀਕ ਨੂੰ ਆਈ ਥਿੰਕ ਉਹ ਮੇਲਾ ਸੀਗਾ ਤੇ ਅਸੀਂ ਦੋਨਾਂ ਨੇ ਫੇਰ ਰੱਬ ਨੂੰ ਮਿਲਾਉਣ ਵਾਲਿਆਂ ਉੱਥੇ ਗਾਇਆ ਮੈਂ ਕਦੇ ਜ਼ਿੰਦਗੀ 'ਚ ਸੋਚਿਆ ਨਹੀਂ ਸੀ ਕਿ ਉਹ ਮੇਰੇ ਨਾਲ ਇਹ ਯਾਦ ਜੁੜ ਜੇਗੀ ਕਿ ਇਹ ਸਰਦਾਰ ਅਲੀ ਦੇ ਨਾਲ ਹੀ ਆਖਰੀ ਮੇਲਾ ਜਿਹੜਾ ਦਿਲਜਾਨ ਦਾ ਹੋਇਆ ਤੇ ਉਸ ਤੋਂ ਬਾਅਦ ਇੱਕ ਮੈਂ ਗਾਣਾ ਕੰਪੋਜ਼ ਕੀਤਾ ਸੀ ਤੇ ਦਿਲਜਾਨ ਨੇ ਉਹਨੂੰ ਇੰਨਾ ਖੂਬਸੂਰਤ ਗਾਇਆ ਉਹ ਇੱਕ ਫਿਲਮ ਦੇ ਵਿੱਚ ਉਹਦਾ ਗਾਣਾ ਸਿਲੈਕਟ ਹੋ ਗਿਆ। ਇੰਨਾ ਜ਼ਿਆਦਾ ਖੁਸ਼ ਸੀਗਾ ਕਿ ਭਾਜੀ ਤੁਹਾਡੀ ਕੰਪੋਜੀਸ਼ਨ ਤੁਹਾਡਾ ਲਿਖਿਆ ਗਾਣਾ ਫਿਲਮ ਦੇ ਵਿੱਚ ਸਿਲੈਕਟ ਹੋ ਗਿਆ। ਔਰ ਜਿਸ ਦਿਨ ਉਹ ਸਾਨੂੰ ਛੱਡ ਕੇ ਗਿਆ ਉਸ ਦਿਨ ਵੀ ਮੇਰੇ ਨਾਲ ਉਹਦੀ ਫੋਨ ਤੇ ਲਗਾਤਾਰ ਗੱਲ ਹੁੰਦੀ ਰਹੀ ਉਹ ਮੇਰੇ ਕੋਲੋਂ ਆਧਾਰ ਕਾਰਡ ਮੰਗਦਾ ਸੀਗਾ ਮੇਰਾ ਕਿ ਆਪਣਾ ਆਧਾਰ ਕਾਰਡ ਸੈਂਡ ਕਰੋ। ਆਪਾਂ ਕੰਪਨੀ ਦੇ ਨਾਲ ਐਗਰੀਮੈਂਟ ਜਿਹੜਾ ਉਹ ਆਪਣਾ ਹੋਣਾ ਬਤਰਾ ਪ੍ਰੋਡਕਸ਼ਨ ਦੇ ਨਾਲ ਆਰੀਅਨ ਬੱਬਰ ਦੀ ਆਈ ਥਿੰਕ ਉਹ ਮੂਵੀ ਹੈ ਜਿਹੜੀ ਆਉਣ ਵਾਲੀ ਉਹਦੇ ਵਿੱਚ ਉਹਦੀ ਆਵਾਜ਼ ਸੀ। ਮੈਂ ਉਹਦੀ ਸਥਾਈ ਤੇ ਅੰਤਰਾ ਲਿਖਿਆ ਸੀਗਾ ਤੇ ਦਿਲਜਾਨ ਨੇ ਗਾਇਆ 31 ਮਾਰਚ ਨੂੰ ਸਟੂਡੀਓ ਬੁਕ ਸੀਗਾ ਅਸੀਂ ਚੰਡੀਗੜ੍ਹੋਂ ਦੇ ਅੰਤਲ ਜਿਹੜਾ ਲਾਸਟ ਅੰਤਰਾ ਸੀ ਉਹ ਡੱਬ ਕਰਨਾ ਸੀ ਤੇ ਮੈਂ ਉਹ ਲਿਖ ਵੀ ਦਿੱਤਾ ਅੰਤਰਾ ਉਹਦਾ ਪਰ ਮੈਂ ਉਹ ਗਾਣ ਵਾਲੀ ਆਵਾਜ਼ ਉਹ ਕਿੱਥੋਂ ਲੈ ਕੇ ਆਵਾਂ ਜਿਹਨੇ ਉਸ ਆਵਾਜ਼ ਨੂੰ ਉਸ ਲਫ਼ਜ਼ਾਂ ਨੂੰ ਖੂਬਸੂਰਤੀ ਦੇਣੀ ਸੀ ਤੇ ਮੈਂ ਉਹ ਸਾਰੀ ਉਮਰ ਨਹੀਂ ਲੱਭਣੀ ਤਾਂ ਗਾਣਾ ਲਿਖ ਹੋ ਗਿਆ ਪਰ ਗਾਣ ਵਾਲਾ ਨਹੀਂ ਰਿਹਾ ਸੋ ਮੇਰਾ ਤਾਂ ਲਫ਼ਜ਼ ਜਿਹੜੇ ਨੇ ਉਹ ਬੜੇ ਊਣੇ ਪੈ ਰਹੇ ਨੇ ਬਸ ਮੈਂ ਇੰਨਾ ਹੀ ਕਹੂੰਗਾ ਕਿ ਦਿਲਜਾਨ ਤੂੰ ਜਿੱਥੇ ਵੀ ਐ ਜਿਵੇਂ ਵੀ ਐ ਅੱਲਾਹ ਪਾਕ ਤੈਨੂੰ ਖੁਸ਼ ਰੱਖੇ ਹਮੇਸ਼ਾ ਔਰ ਅਸੀਂ ਕੋਸ਼ਿਸ਼ ਕਰਾਂਗੇ ਮੈਂ ਹਾਜ਼ਰਾਂ ਪੰਨੂ ਸਾਹਿਬ ਆਣੀ ਬੈਠਿਆ ਮੈਂ ਵਾਅਦਾ ਕਰਦਾ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ 'ਚ ਇਹ ਵਾਅਦਾ ਕਰਦਾ ਕਿ ਦਿਲਜਾਨ ਦੀ ਆਵਾਜ਼ ਨੂੰ ਜ਼ਿੰਦਾ ਰੱਖਣ ਲਈ ਤੁਸੀਂ ਜਦੋਂ ਵੀ ਜਿੱਥੇ ਵੀ ਸਰਦਾਰ ਵਾਲੇ ਨੂੰ ਯਾਦ ਕਰੋਗੇ ਕਿਸੇ ਵੀ ਕਾਬਲ ਸਮਝੋਗੇ ਇਹ ਪਰਿਵਾਰ ਕਿਸੇ ਕਾਬਲ ਸਮਝੇਗਾ ਮੇਰੇ ਛੋਟੇ ਵੀਰ ਭੈਣਾ ਕਿਸੇ ਕਾਬਲ ਸਮਝਣ ਗਿਆ ਤਾਂ ਮੈਂ ਹਮੇਸ਼ਾ ਹਾਜ਼ਰ ਹੋਊਗਾ ਤਾਂ ਕਿ ਉਹਦੀ ਜਿਹੜੀ ਆਵਾਜ਼ ਹੈ ਉਹ 타 ਕਿਆਮਤ ਤੱਕ ਜ਼ਿੰਦਾ ਰਹਿ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ